ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਲੇਖ ਰਾਜ ਭਿਆਣਾ, ਡਿਵੈਲਪਮੈਂਟ ਮੈਨੇਜਰ ਨੌਰਥ ਹੈੱਡ ਸੁਮਿਲ ਕੈਮੀਕਲ ਬੋਂਬੇ ਦੀ, ਜੋ ਇੰਡੀਅਨ ਮਲਟੀਨੈਸ਼ਨਲ ਕੰਪਨੀ ਹੈ। ਮੈਂ ਅਤੇ ਮੇਰੇ ਸਾਥੀ ਮਿਸਟਰ ਅਨਿਲ ਕੁਮਾਰ, ਇਸ ਦੇ ਨਾਲ ਮਿਸਟਰ ਕਰਮਜੀਤ ਸਿੰਘ, ਅੱਜ ਅਸੀਂ ਪੂਰੀ ਸੁਮਿਲ ਕੈਮੀਕਲ ਦੀ ਟੀਮ, ਆਪਣੇ ਸਰਦਾਰ ਮਲਵਿੰਦਰ ਸਿੰਘ ਜੀ, ਪਿਤਾ ਜੀ ਦਾ ਨਾਮ ਸਰਦਾਰ ਵਜੀਰ ਸਿੰਘ ਜੀ, ਪਿੰਡ ਰੋਹਰ ਜਗੀਰ, ਤਹਿਸੀਲ ਐਂਡ ਡਿਸਟ੍ਰਿਕਟ ਪਟਿਆਲਾ ਦੇ ਵਿੱਚ, ਅੱਜ ਅਸੀਂ 10/1/2020 ਨੂੰ ਇਹਨਾਂ ਦੇ ਖੇਤ ਦੇ ਵਿੱਚ ਪਹੁੰਚੀਆਂ। ਦੋਸਤੋ, ਜਿਹੜੀ ਤੁਸੀਂ ਇੱਧਰ ਵਾਲੀ ਕਣਕ ਪਿੱਛੇ ਵਾਲੀ ਇਹ ਦੇਖ ਰਹੇ ਹੋ, ਇਹਦੇ ਵਿੱਚ ਮਿਸਟਰ ਅਨਿਲ ਕੁਮਾਰ ਅਤੇ ਮਿਸਟਰ ਕਰਮਜੀਤ ਸਿੰਘ ਨੇ ਕੋਸਾ ਮਿਲ ਗੋਲਡ ਅਤੇ ਜਿੰਦਾ ਜਿੰਕ ਦਾ, ਇਸ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਅੱਧੇ ਕਿੱਲੇ ਦੇ ਵਿੱਚ 7/12/2019 ਨੂੰ ਟਰਾਇਲ ਲਗਵਾਇਆ ਸੀ। ਸੋ ਦੋਸਤੋ, ਅੱਜ ਅਸੀਂ ਇਹਨਾਂ ਦੇ ਖੇਤ ਦੇ ਵਿੱਚ 10/1/2020 ਨੂੰ ਇਹਨਾਂ ਦੇ ਖੇਤ ਦੇ ਵਿੱਚ ਪਹੁੰਚੇ ਹਾਂ ਅਤੇ ਇਹਨਾਂ ਕੋਲ ਪੁੱਛਦੇ ਹਾਂ ਵੀ ਜਿੱਥੇ ਜਿੰਦਾ ਜਿੰਕ ਅਤੇ ਕੋਸਾ ਮਿਲ ਗੋਲਡ ਪਵਾਈ ਹੈ ਅਤੇ ਜਿਹੜੇ ਪਲਾਟ ਦੇ ਵਿੱਚ ਨਹੀਂ ਪਵਾਈ ਹੈ, ਇਹਨਾਂ ਦੇ ਵਿੱਚ ਕੀ ਫਰਕ ਨਜ਼ਰ ਆ ਰਿਹਾ? ਬਾਈ ਜੀ, ਸਤਿ ਸ਼੍ਰੀ ਅਕਾਲ। ਬਹੁਤ ਫਰਕ ਹੈ ਜੀ, ਦਬੀ ਹੋਈ ਸੀ ਜੀ ਕਣਕ, ਠੀਕ ਕਰਤੀ ਉਹਨੇ। ਅੱਛਾ ਜੀ ਜੀ, ਜਿੱਥੇ ਆਪਾਂ ਜਿੰਦਾ ਜਿੰਕ ਅਤੇ ਕੋਸਾ ਮਿਲ ਗੋਲਡ ਪਾਈ ਹੈ, ਇਹ ਵਾਲੀ ਪਹਿਲੇ ਕਹਿ ਰਹੇ ਵੀ ਇਹ ਕਣਕ ਪਹਿਲੇ ਦੱਬੀ ਹੋਈ ਸੀਗੀ ਅਤੇ ਕਣਕ ਵਧੀਆ ਚੱਲਣ ਲੱਗ ਗਈ। ਹਾਂਜੀ ਹਾਂਜੀ, ਹਾਂਜੀ, ਬਾਕੀ ਕਾਫੀ ਮਤਲਬ ਪੀਲਾਪਨ ਸੀਗਾ ਤੇ ਪਾਣੀ ਦੀ ਮਾਰ ਹੇਠ ਆਈ ਸੀ ਕਾਫੀ, ਦਬੀ ਹੋਈ ਸੀ। ਠੀਕ ਹੈ ਜੀ। ਜਦੋਂ ਅਸੀਂ ਅੱਧੇ ਕਿੱਲੇ ਮਤਲਬ ਟ੍ਰੇਲ ਲਵਾ ਕੇ ਗਏ, ਉਸ ਤੋਂ ਬਾਅਦ ਮਤਲਬ ਅੱਜ ਵਿਜਿਟ ਕੀਤਾ ਹੈਗਾ, ਕਾਫੀ ਫਰਕ ਹੈਗਾ। ਕਾਫੀ ਫਰਕ ਹੈ ਬਾਈ ਜੀ, ਅਤੇ ਤੁਹਾਨੂੰ ਰੰਗ ਦੇ ਵਿੱਚ ਅਤੇ ਕੱਦ ਦੇ ਵਿੱਚ ਵੀ ਕੋਈ ਫਰਕ ਨਜ਼ਰ ਆ ਰਿਹਾ ਜਿੱਥੇ ਆਪਾਂ ਜਿੰਦਾ ਜਿੰਕ ਅਤੇ ਕੋਸਾ ਮਿਲ ਗੋਲਡ ਪਾਈ ਹੈ? ਹਾਂਜੀ, ਆ ਰਿਹਾ ਜੀ। ਆ ਰਿਹਾ ਪੱਤੇ ਦੀ ਚੌੜਾਈ ਦੇ ਵਿੱਚ ਅਤੇ ਰੰਗ ਦੇ ਵਿੱਚ ਫਰਕ ਆ ਰਿਹਾ ਵੀਰ ਮੇਰੇ? ਹਾਂਜੀ, ਫਰਕ ਹੈ ਜੀ। ਅਤੇ ਤੁਸੀਂ ਆਪਣੇ ਵਾਸਤੇ ਅਤੇ ਦੂਜੇ ਜ਼ਿਮੀਦਾਰਾਂ ਵਾਸਤੇ ਕੀ ਕਹਿਣਾ ਚਾਹੋਗੇ ਵੀ ਜਿਹੜੀ ਕੰਪਨੀ ਨੇ ਜਿੰਦਾ ਜਿੰਕ ਅਤੇ ਕੋਸਾ ਮਿਲ ਗੋਲਡ ਬਣਾਈ ਹੈ? ਭਾਈ, ਸਾਰੇ ਖੇਤਾਂ 'ਚ ਪਾਣੀ ਚਾਹੀਦੀ ਹੈ ਜੀ। ਤੁਹਾਡੇ ਕੋਲ ਵੀਰ ਮੇਰੇ ਕਿੰਨੇ ਕਿੱਲੇ ਹੈ? 40 ਕਿੱਲੇ ਹੈ ਜੀ। 40 ਕਿੱਲੇ ਹੈ? 40 ਕਿੱਲੇ। ਤੇ ਇਹਨਾਂ ਨੇ ਆਪਣੇ 40 ਕਿੱਲਿਆਂ ਦੇ ਵਿੱਚੋਂ ਤੁਸੀਂ ਕਿੰਨੇ ਕਿੱਲਿਆਂ ਦੇ ਵਿੱਚ ਪਾਈ ਹੈ ਜੀ? ਇਹਨਾਂ ਨੇ ਫਿਲਹਾਲ ਤਾਂ ਅੱਧੇ ਕਿੱਲੇ ਦਾ ਡੈਮੋ ਦੇਖਣਾ ਸੀਗਾ ਪਹਿਲਾਂ। ਠੀਕ ਹੈ ਜੀ, ਅੱਗੇ ਮਤਲਬ ਪਾਣਗੇ ਜੀ। ਅੱਛਾ, ਹੁਣ ਦੁਬਾਰਾ ਜਿਹੜੇ ਪਾਣਗੇ ਇਸ ਵਾਸਤੇ? ਹਾਂਜੀ ਹਾਂਜੀ, ਬੋਲੋ। ਕਣਕ ਇਸ ਏਰੀਆ ਦੇ ਵਿੱਚ ਪਛੇਤੀ ਹੁੰਦੀ ਹੈ, ਲੇਟ ਮਤਲਬ ਲੇਟ ਚੱਲਦੀ ਹੈਗੀ। ਠੀਕ ਹੈ ਜੀ, ਤੁਸੀਂ ਮੇਰ ਮੇਰੇ 10-15 ਕਿੱਲਿਆਂ ਦੇ ਵਿੱਚ ਪਾ ਕੇ ਦੇਖੋ, ਇਹਦੇ ਵਿੱਚ 2 ਤੋਂ ਲੈ ਕੇ 2.5 ਕੁਇੰਟਲ ਤੱਕ ਝਾੜ ਦੇ ਵਿੱਚ ਫਰਕ ਆਏਗਾ। ਔਰ ਇਸ ਦੇ ਨਾਲ ਜਿਹੜੀ ਯੂਰੀਆ ਜਿਹੜੀ ਹੈ ਘੱਟ ਪਾਣੀ ਪੈਂਦੀ, ਕਿਉਂਕਿ ਇਹ ਯੂਰੀਅਨ ਕੋਟਿਡ ਕਰ ਦਿੰਦੀ, ਬੇਕਾਰ ਨਹੀਂ ਜਾਣ ਦਿੰਦੀ। ਹਾਂਜੀ ਅਨਿਲ ਕੁਮਾਰ ਜੀ, ਤੁਸੀਂ ਦੱਸੋ ਕਿ ਤੁਹਾਡਾ ਕੀ ਕਹਿਣਾ? ਦੋਨੋਂ ਮੈਂ ਬਹੁਤ ਅੰਤਰ ਹੈ। ਆਪਾਂ ਇਧਰ ਵਾਲੀ ਕਣਕ ਜਿਸ ਟਾਈਮ ਉਹ ਲਗਾਈ ਸੀ ਹਮਨੇ, ਇਸ ਮੈਂ ਪਹਿਲੇ ਉਸ ਟਾਈਮ ਪਾਣੀ ਭਰਾ ਸੀ। ਠੀਕ ਹੈ ਜੀ, ਸੋਈ ਦੀ ਉਸਕਾ ਪਾਣੀ ਭਰਾ ਹੁਆ ਥਾ, ਪੂਰਾ ਪੀਲਾਪਨ ਥਾ ਇਸ ਕਣਕ ਮੈਂ। ਠੀਕ ਹੈ, ਦੂਜੀ ਥੀ ਕਣਕ ਪੂਰੀ। ਹਾਂ ਹਾਂ, ਇਧਰ ਵਾਲੀ ਕਣਕ ਠੀਕ ਥੀ। ਹਾਂ ਹਾਂ, ਅੱਜ ਉਸਸੇ 21 ਹੈ ਇਹ ਕਣਕ। ਇਹ ਕਣਕ ਵਧੀਆ ਲੱਗ ਰਹੀ ਹੈ, ਅੱਛੀ ਲੱਗ ਰਹੀ ਹੈ। ਪੱਤਾ ਚੌੜਾ ਹੈ ਉਸਕਾ, ਪੱਤਾ ਉਸਕਾ ਉਸਕਾ ਬਾਰੀਕ ਹੈ। ਇਸਕਾ ਪੱਤਾ ਪੂਰਾ ਫੈਲਾ ਹੁਆ ਹੈ, ਨੀਚੇ ਟ੍ਰੇਲਿੰਗ ਕੀ ਸੰਖਿਆ ਜ਼ਿਆਦਾ ਹੈ ਇਸਮੇ, ਉਸਮੇ ਕਮ ਹੈ। ਠੀਕ ਹੈ, ਰੰਗ ਦਾ ਹੀ ਫਰਕ ਹੈ। ਰੰਗ ਦੇ। ਸੋ ਵੀਰ ਮੇਰੇ, ਸਾਡੇ ਡਿਸਟ੍ਰੀਬਿਊਟਰ ਆਪਣੇ ਕਰਤਾਰ ਸਿੰਘ ਐਂਡ ਸੰਸ ਦੇਵੀਗੜ੍ਹ ਦੇ ਵਿੱਚ ਹੈਗੇ ਹੈ, ਹਾਜੀਪੁਰ ਵਾਲੇ ਹੈਗੇ ਹੈ, ਉਹਨਾਂ ਕੋਲ ਸਾਡੀ ਏਜੰਸੀ ਹੈਗੀ ਹੈ। ਸੋ ਤੁਸੀਂ ਤਜਰਬੇ ਤੌਰ 'ਤੇ ਆਪਣੇ ਥੋੜ੍ਹੇ ਜਿਹੇ ਕਿੱਲਿਆਂ ਦੇ ਵਿੱਚ ਜ਼ਰੂਰ ਪਾ ਕੇ ਦੇਖੋ, ਤਾਂ ਕਿ ਤੁਹਾਨੂੰ ਪਤਾ। ਠੀਕ ਹੈ ਵੀਰ ਮੇਰੇ? ਠੀਕ ਹੈ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।